ਧਰਮ ਭਗਤੀ ਗਿਆਨ ਤੇ ਸਦਾਚਾਰ ਨਾਲ ਜੁੜੀਆਂ ਕਹਾਣੀਆਂ ਲੋਕ ਅਕਸਰ ਸੁਣਨਾ ਪਸੰਦ ਕਰਦੇ ਹਨ। ਉੱਥੇ ਹੀ ਗੀਤਾ ਪ੍ਰੈਸ ਦੀ ਕਲਿਆਣ ਪੱਤ੍ਰਿਕਾ ਲੋਕਾਂ ਦੀ ਇਸ ਪਸੰਦ ਦਾ ਕਈ ਸਾਲਾਂ ਤੋਂ ਖਿਆਲ ਰੱਖ ਰਹੀ ਹੈ। ਗੋਰਖਪੁਰ ਚ ਗੀਤਾ ਪ੍ਰੈਸ ਦੀ ਸ਼ੁਰੂਆਤ ਹੋਈ। ਉੱਥੇ ਹੀ 92 ਸਾਲਾਂ ਚ ਕਲਿਆਣ ਪੱਤ੍ਰਿਕਾ ਨੇ 1102 ਅੰਕ ਪ੍ਰਕਾਸ਼ਿਤ ਕਰਕੇ ਇੱਕ ਵਿਲੱਖਣ ਰਿਕਾਰਡ ਬਣਾਇਆ। ਇਸ ਪੱਤ੍ਰਿਕਾ ਦੇ ਕਵਰ ਪੇਜ ਉੱਤੇ ਦੇਵੀ ਦੇਵਤਾਵਾਂ ਦੀ ਅਨੋਖੀਆਂ ਤਸਵੀਰਾਂ ਇਹਨਾਂ ਦੀ ਪਛਾਣ ਬਣ ਚੁੱਕੀ ਹੈ। ਪ੍ਰਥਮ ਪ੍ਰਕਾਸ਼ਨ ਵੈਂਕਟੇਸ਼ਵਰ ਪ੍ਰੈਸ ਬੰਬਈ ਕੇ ਦੁਆਰਾ ਹੁਆ। ਉਸਕੇ ਬਾਅਦ ਸੇ ਗੀਤਾ ਪ੍ਰੈਸ ਗੋਰਖਪੁਰ ਸੇ ਪ੍ਰਕਾਸ਼ਨ ਨਿਰੰਤਰ ਚੱਲ ਰਿਹਾ ਹੈ। ਆਜ 92 ਵਰਸ ਹੋ ਗਏ ਔਰ ਪਿਛਲੇ ਵਰਸ ਮੇ ਜੋ 2018 ਕਾ ਵਿਸ਼ੇਸ਼ ਅੰਕ ਹੈ ਉਹ ਸੀ ਸ਼ਿਵ ਮਹਾਪੁਰਾਣਾਂ ਕੇ ਰੂਪ ਮੇ ਪ੍ਰਕਾਸ਼ਿਤ ਹੁਆ ਹੈ। ਇਹ ਦੋ ਖੰਡੋ ਮੇ ਥਾ, ਇਸਲਿਏ 2017 ਔਰ 2018 ਵਿਸ਼ਿਸ਼ਟ ਸਾਮਗਰੀ ਹੋਣੇ ਕੇ ਕਾਰਨ ਸੇ ਦੋ ਵਰਸੋ ਮੇ ਇਸੇ ਪ੍ਰਕਾਸ਼ਿਤ ਕੀਆ ਗਿਆ। ਗੀਤਾ ਪ੍ਰੈਸ ਦੀ ਸ਼ੁਰੂਆਤ 1923 ਚ ਜੈ ਦਿਆਲ ਗੋਇੰਕਾ ਤੇ ਹਨੂਮਾਨ ਪ੍ਰਸਾਦ ਪੋਧਾਰ ਨੇ ਕੀਤੀ। ਉੱਥੇ ਹੀ ਕਲਿਆਣ ਪੱਤ੍ਰਿਕਾ ਦੇ ਸੰਪਾਦਕ ਟਰਸਟ ਬੋਰਡ ਦੇ ਪ੍ਰਧਾਨ ਰਾਧੇ ਸ਼ਾਮ ਖੇਮਕਾ ਹੈ ਤੇ ਪ੍ਰਕਾਸ਼ਕ ਟਰਸਟੀ ਦੇਵੀ ਦਿਆਲ ਅਗਰਵਾਲ ਹੈ। ਇਸ ਪੱਤ੍ਰਿਕਾ ਦਾ ਪ੍ਰਕਾਸ਼ਨ ਉਸ ਵੇਲੇ ਸ਼ੁਰੂ ਹੋਇਆ ਜਦੋਂ ਅੰਗਰੇਜ਼ਾਂ ਦੀ ਹਕੂਮਤ ਸੀ, ਤਾਂ ਸ਼ੁਰੂਆਤ ਚ ਇਸ ਪੱਤ੍ਰਿਕਾ ਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤੇ ਅੱਜ ਲਗਭਗ 2 ਲੱਖ ਪੱਤ੍ਰਿਕਾ ਹਰ ਮਹੀਨੇ ਦੇਸ਼ ਦੇ ਕੋਨੇ ਕੋਨੇ ਚ ਡਾਕ ਨਾਲ ਭੇਜੀ ਜਾ ਰਹੀ ਹੈ। 1940 ਦੇ ਦਹਾਕਿਆਂ ਚ ਕਲਿਆਣ ਉੱਤੇ ਦੋਸ਼ ਲੱਗਿਆ ਕਿ ਇਹ ਪੱਤ੍ਰਿਕਾ ਹਿੰਦੂ ਮਹਾਸਭਾ ਦੀ ਭਾਸ਼ਾ ਬੋਲ ਰਹੀ ਹੈ, ਕਿਉਂਕਿ ਦੇਸ਼ ਚ ਆਜ਼ਾਦੀ ਦੇ ਅੰਦੋਲਨ ਦੀ ਆਵਾਜ਼ ਤੇਜ਼ ਹੋ ਚੁੱਕੀ ਸੀ। 1946 ਚ ਮਦਨ ਮੋਹਨ ਮਾਲਵੀਆ ਦੀ ਮੌਤ ਤੋਂ ਬਾਅਦ ਪੱਤ੍ਰਿਕਾ ਨੇ ਮਾਲਵੀਆ ਅੰਕ ਕੱਢਿਆ, ਪਰ ਯੂਨਾਈਟਿਡ ਪ੍ਰੋਵਿੰਸ ਤੇ ਬਿਹਾਰ ਸਰਕਾਰ ਨੇ ਇਸ ਨੂੰ ਇਤਰਾਜ਼ ਯੋਗ ਦੱਸਦੇ ਹੋਏ ਜ਼ਬਤ ਕਰ ਲਿਆ। ਉੱਥੇ ਕੁਝ ਸਮੇਂ ਬਾਅਦ ਪੱਤ੍ਰਿਕਾ ਨੇ ਰਾਮ ਨਾਮ ਜਪ ਬੈਂਕ ਦੀ ਸ਼ੁਰੂਆਤ ਕੀਤੀ। ਉਸ ਦਿਨ ਤੋਂ ਬਾਅਦ ਕਲਿਆਣ ਚ ਲੋਕਾਂ ਦੇ ਪੱਤਰ ਛਪਦੇ ਸਨ, ਜਿਸ ਚ ਲੋਕ ਦੱਸਦੇ ਸਨ ਕਿ ਉਹਨਾਂ ਰਾਮ ਨਾਮ ਜਪਣ ਤੋਂ ਬਾਅਦ ਕੀ ਕੀ ਫਾਇਦਾ ਹੋਇਆ। ਨਾਲ ਹੀ ਪੱਤ੍ਰਿਕਾ ਨੇ ਰਮਾਇਣ ਪ੍ਰੀਖਿਆ ਵੀ ਕਰਵਾਈ। ਕਲਿਆਣ ਨੇ ਹਿੰਦੂ ਕੋਡ ਬਿੱਲ ਨੂੰ 4 ਹਿੱਸਿਆਂ ਚ ਪਾਸ ਹੋਣ ਤੱਕ ਇੱਕ ਮੁਹਿੰਮ ਚਲਾਈ ਸੀ। ਇਹ ਪੱਤ੍ਰਿਕਾ ਅੱਜ ਵੀ ਲੋਕਾਂ ਨੂੰ ਧਰਮ ਦਾ ਅਲਖ ਜਗਾ ਰਹੀ ਹੈ ਤੇ ਇਸ ਲਈ ਗੋਰਖਪੁਰ ਦੀ ਗੀਤਾ ਪ੍ਰੈਸ ਦੀ ਸਫਲਤਾ ਦੀ ਕਹਾਣੀ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਚ ਵੀ ਚਰਚਾ ਦਾ ਵਿਸ਼ੇ ਹੈ। ਬਿਊਰੋ ਰਿਪੋਰਟ, ETV ਭਾਰਤ। ਟੂ ਵਾਚ 24x7 ਨਿਊਜ਼ ਲਾਈਵ, ਡਾਊਨਲੋਡ ETV Bharat app.